ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਸਰਦਾਰਨੀ ਸੁਰਜੀਤ ਕੌਰ ਦਿਓਲ ਜੀ। ਸਰਦਾਰਨੀ ਸੁਰਜੀਤ ਕੌਰ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਅਥਾਹ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ, ਮਿੱਠ ਬੋਲੜੇ ਸੁਭਾਅ ਦੇ ਮਾਲਕ ਹਨ ਅਤੇ ਸਭਨਾਂ ਨਾਲ ਸੱਚੀ ਹਮਦਰਦੀ ਰੱਖਣ ਵਾਲੇ ਇਨਸਾਨ ਹਨ। ਆਪ ਜੀ ਦੇ ਬੱਚੇ ਅਲੱਗ ਅਲੱਗ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਕਰ ਨਾਮਣਾ ਖੱਟ ਰਹੇ ਹਨ ਅਤੇ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸਰਦਾਰਨੀ ਸੁਰਜੀਤ ਕੌਰ ਦਿਓਲ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦਿਓਲ ਪੱਤੀ ਪਿੰਡ ਛਾਪਾ ਬਰਨਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ।
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਅੰਤ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਦਾ, ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਮਾਤਾ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ, ਜਿਨ੍ਹਾਂ ਦਾ ਨਾਮ ਹੈ ਸਰਜੀਤ ਕੌਰ। ਜੋ ਮੇਰੀ ਮਾਤਾ ਜੀ ਸਰਜੀਤ ਕੌਰ ਸੀ, ਸੱਚੀ ਸਰਜੀਤ ਕੌਰ ਸੀ। ਅਸੀਂ ਚਾਰ ਭੈਣ ਭਰਾ ਅਤੇ ਚਾਰੇ ਅਸੀਂ ਸਾਦੀ ਸੁਦਾਂ ਗਏ। ਚਾਰਾਂ ਨੂੰ ਸਾਨੂੰ ਉਹਨਾਂ ਨੇ ਜਮ੍ਹਾਂ ਇੱਕ ਪਰਿਵਾਰ ਦੀ ਇੱਕ ਲੜੀ ਦੀ ਮਾਲਾ ਦੀ ਤਰ੍ਹਾਂ ਪਰੋ ਕੇ ਰੱਖਿਆ। ਕਿਸੇ ਦਿਨ ਵੀ ਉਹਨਾਂ ਨੇ ਸਾਡੇ ਨਾਲ ਕਦੇ ਗੁੱਸੇ ਗਿਲੇ ਨਹੀਂ ਹੋਏ। ਸਾਰੇ ਪਰਿਵਾਰ ਨੂੰ ਉਹਨਾਂ ਨੇ ਪੂਰਾ ਸਤਿਕਾਰ ਦੇ ਕੇ, ਸਾਰੀਆਂ ਨੂੰਹਾਂ ਨੂੰ ਆਪਦੀਆਂ ਨੂੰ, ਸਾਰੇ ਸਾਡੇ ਭਰਾਵਾਂ ਨੂੰ ਪੂਰਾ ਹੀ ਸਤਿਕਾਰ ਦੇ ਕੇ ਸਾਨੂੰ ਰੱਖਿਆ। ਸਾਨੂੰ ਅੱਜ ਬੁਲੰਦੀਆਂ 'ਤੇ ਪਹੁੰਚਾਉਣ ਵਾਲੀ ਸਾਡੀ ਮਾਤਾ ਗਈ, ਜਿਹਦੀ ਬਦੌਲਤ ਅਸੀਂ ਪਿੰਡ ਦੇ ਵਿੱਚ, ਮੇਰੀ ਵਾਈਫ ਸਰਪੰਚ ਨੇ ਗਏ ਅਤੇ ਮੈਂ ਇਸ ਇਲਾਕੇ ਦਾ ਕਨਗੋ ਹਾਂ, ਅਤੇ ਮੇਰੇ ਭੈਣ ਭਰਾ ਜਿਹੜੇ ਵਧੀਆ ਵੈੱਲ ਸੈਟਲਡ ਨੇ, ਸਾਰੇ ਭਰਾ ਮੇਰੇ ਸੈਟਲਡ ਨੇ। ਮੈਂ ਇੱਕ ਅੱਜ ਨੌਜਵਾਨ ਪੀੜ੍ਹੀ ਨੂੰ ਇੱਕ ਮੈਸੇਜ ਸੰਦੇਸ਼ ਦੇਣਾ ਚਾਹੁੰਦਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਵੈਸੇ ਵੀ ਅਸੀਂ ਆਪਣੇ ਪਿੰਡ ਵਿੱਚ ਇੱਕ ਮੁਹਿੰਮ ਵਿੱਢੀ ਹੋਈ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ਼ ਪੂਰੀ ਇੱਥੇ ਕਾਰਵਾਈ ਕਰਵਾਏ ਹਾਂ। ਸਾਡੇ ਪਿੰਡ ਦਾ ਤਕਰੀਬਨ ਅਸੀਂ 70% ਲੋਕ ਨੇ ਜਿਹੜੇ ਨਸ਼ਿਆਂ ਤੋਂ ਰਹਿਤ ਕਰਵਾ ਲਏ ਨੇ। ਸਾਡਾ ਨੌਜਵਾਨਾਂ ਨੂੰ, ਸਾਰੇ ਪਿੰਡਿਆਂ ਨੂੰ ਸੰਦੇਸ਼ ਇਹੀ ਹੈ ਵੀ ਨਸ਼ੇ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ, ਗੁਰੂ ਘਰਾਂ ਨਾਲ ਜੁੜੋ ਅਤੇ ਇਸ ਸਮਾਜ ਨੂੰ ਅੱਗੇ ਵਧਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਐਂਡ ਨੋਟਰੀ ਪਾਵਲ, ਜ਼ਿਲ੍ਹਾ ਕਚਹਿਰੀ ਬਰਨਾਲਾ। ਅੱਜ ਅਸੀਂ ਆਪਣੇ ਸਾਥੀਆਂ ਸਮੇਤ ਸਰਦਾਰ ਜਾਗਰ ਸਿੰਘ ਕਨਗੋ, ਜਿਨ੍ਹਾਂ ਦੇ ਮਾਤਾ ਜੀ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦੇ ਸੋਗ ਸਮਾਗਮ ਦੇ ਵਿੱਚ ਅੱਜ ਅਸੀਂ ਪਿੰਡ ਸਾਪਾ ਪਹੁੰਚੇ ਹਾਂ। ਔਰ ਉਜਾਗਰ ਸਿੰਘ ਆਪਣੇ ਡਿਪਾਰਟਮੈਂਟ ਦੇ ਵਿੱਚ ਰਹਿ ਕੇ ਬਹੁਤ ਇਹਨਾਂ ਦੀ ਵਧੀਆ ਸੇਵਾ ਹੈ। ਵੱਡੀ ਗੱਲ ਇਹ ਹੈ ਕਿ ਇੱਕ ਪਿੰਡ ਦੇ ਵਿੱਚ ਹੀ ਇੰਨੀ ਦੇਰ ਇਹਨਾਂ ਨੇ ਚੰਨਣਵਾਲ ਦੇ ਵਿੱਚ ਸਭ ਤੋਂ ਜ਼ਿਆਦਾ ਸੇਵਾ ਨਿਭਾਈ ਹੈ। ਸੋ ਅੱਜ ਕੱਲ੍ਹ ਤਰੱਕੀ ਉਪਰੰਤ ਕਨਗੋ ਬਣ ਗਏ ਹਨ। ਇਹਨਾਂ ਦੇ ਮਾਤਾ ਜੀ ਸੁਰਜੀਤ ਕੌਰ ਜੀ ਦੇ ਅੱਜ ਸੋਗ ਸਮਾਗਮ ਦੇ ਵਿੱਚ, ਗੁਰੂ ਘਰ ਦੇ ਵਿੱਚ ਇੱਥੇ ਇਕੱਠੇ ਹੋਏ ਸਾਂ, ਆਏ ਸਾਂ। ਬਹੁਤ ਹੀ ਸਤਿਕਾਰਤ ਪਰਿਵਾਰ ਹੈ ਜੋ ਭਰਾ ਨੇ ਪਿੰਡ ਦੇ ਵਿੱਚ, ਕਾਫ਼ੀ ਇਹਨਾਂ ਦਾ ਮੇਲ ਜੋਲ ਹੈ, ਨਾਮ ਹੈ ਜਿਸ ਸਦਕਾ, ਜਿਨ੍ਹਾਂ ਦੀ ਧਰਮ ਪਤਨੀ ਵੀ ਸਰਬਜੀਤ ਕੌਰ ਅੱਜ ਪਿੰਡ ਦੇ ਸਰਪੰਚ ਨੇ ਮੌਜੂਦਾ। ਇਹਨਾਂ ਦੇ ਬੜਮੁੱਲੀਆਂ ਸੇਵਾਵਾਂ ਪਿੰਡ ਵਾਸੀ ਲੈ ਰਹੇ ਨੇ ਔਰ ਬਹੁਤ ਹੀ ਮਿਹਨਤ ਦੇ ਨਾਲ ਸਾਰਾ ਪਰਿਵਾਰ ਪਿੰਡ ਦੀ ਸੇਵਾ ਰਲ ਮਿਲ ਕੇ ਕਰ ਰਹੇ ਨੇ। ਮੈਂ ਆਪਣੇ ਵੱਲੋਂ ਇਸ ਦੁੱਖ ਦੀ ਸਭਾ ਦੇ ਵਿੱਚ, ਸੋਗ ਸਭਾ ਦੇ ਵਿੱਚ ਸ਼ਾਮਿਲ ਹੁੰਦਾ ਹੋਇਆ ਪਰਿਵਾਰ ਦੇ ਨਾਲ ਇਹਨਾਂ ਦੇ ਖੜ੍ਹੇ।